ਜਿਹੜੇ ਲੋਕ ਆਮ ਆਦਮੀ ਪਾਰਟੀ ਟਿਕਟ 'ਤੇ ਜਿੱਤੇ ਸੀਗੇ, ਪੰਜਾਬੀਆਂ ਨੂੰ 'ਚ ਵਿਸ਼ਵਾਸ ਪ੍ਰਗਟ ਕੀਤਾ ਸੀਗਾ, ਉਹ ਹੁਣ ਜਿਹੜਾ ਹੈਗਾ ਆਪਣੇ ਲਾਲਚ ਖਾਤਰ, ਪੈਸੇ ਖਾਤਰ ਜਿਹੜਾ ਹੈਗਾ ਆਪਣੇ ਆਮ ਆਦਮੀ ਪਾਰਟੀ ਛੱਡ ਕੇ ਜਾ ਰਹੇ ਨੇ, ਉਹਨਾਂ ਲਾਲਚ ਸਪਸ਼ਟ ਦੇ ਰਿਹਾ ਹੈਗਾ। ਲੋਕ ਜਿਹੜੇ ਹੈਗੇ ਉਹਨੂੰ ਸਬਕ ਸਿਖਾਉਣਗੇ, ਔਰ ਆਮ ਆਦਮੀ ਪਾਰਟੀ ਦਾ ਅੱਜ ਵੀ ਵਲੰਟੀਅਰ ਵੀ ਖੜ੍ਹੇ ਨੇ, ਲੋਕ ਵੀ ਖੜ੍ਹੇ ਨੇਗੇ, ਔਰ ਜਦੋਂ ਵੀ ਉਹ ਲੋਕ ਦੁਬਾਰਾ ਬਾਈ ਇਲੈਕਸ਼ਨ 'ਚ ਆਉਣਗੇ, ਲੋਕ ਉਹਨਾਂ ਦੀ ਸੀਟਾਂ ਤੋਂ ਹਰਾਉਣਗੇ, ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਆ, ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਾ, ਪੰਜਾਬ ਦੇ ਲੋਕਾਂ ਨੇ ਤੀਜਾ ਬਦਲ ਉਸਾਰਿਆ ਸੀ, ਉਹਨੂੰ ਤੋੜਨ ਦੀ ਕੋਸ਼ਿਸ਼ ਇਹ ਪਹਿਲਾਂ ਵੀ ਲੱਗੇ ਹੋਏ ਸੀ, ਜਿਹੜਾ ਖਹਿਰਾ ਗਾ ਇਹਨੇ ਆਪਣਾ ਗਰੁੱਪ ਬਣਾ ਕੇ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਲੇਕਿਨ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਅੱਜ ਵੀ ਪਿਆਰ ਕਰਦੇ ਨੇ, ਪੰਜਾਬ ਦੇ ਲੋਕ ਅੱਜ ਵੀ ਅਰਵਿੰਦ ਕੇਜਰੀਵਾਲ ਨਾਲ ਖੜ੍ਹੇ ਨੇਗੇ ਔਰ ਖੜ੍ਹੇ ਰਹਿਣਗੇ। ਦੇਖੋ ਇਹ ਹਜੇ ਬਾਅਦ ਦੀ ਗੱਲ ਹੈ, ਇਹਦੇ 'ਤੇ ਕੋਰ ਕਮੇਟੀ ਫੈਸਲਾ ਕਰੂਗੀ ਵੀ ਅਸੀਂ ਇਲੈਕਸ਼ਨ ਲੜਦੀਆਂ ਨੇ ਜਾਂ ਨਹੀਂ ਲੜਦੀਆਂ, ਪਰ ਲੇਕਿਨ ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਉਹਨਾਂ ਦੀ ਲੀਡਰ ਆਪੋਜੀਸ਼ਨ ਦੀ ਕੁਰਸੀ ਰਹਿੰਦੀ ਹੈ ਜਾਂ ਨਹੀਂ ਰਹਿੰਦੀ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ 49 ਦਿਨ ਦੀ ਸਰਕਾਰ ਜਿਹੜੀ ਹੈਗੀ ਸੀਗੀ ਉਹ ਵੀ ਛੱਡੀ ਸੀਗੀ, ਅਸੀਂ ਸਿਧਾਂਤ ਨਹੀਂ ਛੱਡਦੇ।